ਕੋ ਮੁੰਡੇ ਪਿੰਡਾਂ ਦੇ ਸਾਰੇ ਜੋ ਵੀ ਆ ਹਮ ਸਾਰੇ ਗੁੰਡਾਗਰਦੀ ਘਰ ਨੂੰ ਇਹ ਕੱਢਣ ਨੂੰ ਆਏ ਆ ਜੀ ਜਿੰਨੋਂ ਮਰਜ਼ੀ ਆਣ ਕੇ ਤਲਾਸ਼ੀ ਕਰਨ ਜੇ ਇੱਕ ਵੀ ਚੀਜ਼ ਲੱਭ ਜੇ ਮੈਂ ਦੇਣਦਾਰ ਹੂੰ ਬਿਲਕੁਲ ਤੱਕਾ ਕਰਨ ਦੇ ਆ ਜੀ ਆਨੂੰ ਨਿਸ਼ਾਫਜ਼ਾਈ ਦਾਵਾ ਜੀ ਨਹੀਂ ਅਸੀਂ ਸਰਚ ਕਰ ਲਈ ਆ ਜੀ ਫਿਲਹਾਲ ਤੇ ਅਜੇ ਸਾਨੂੰ ਇਨੀਸ਼ੀਅਲ ਸਰਚ ਦੇ ਵਿੱਚ ਕੁਝ ਨਹੀਂ ਮਿਲੇ ਜੇ ਫਿਰ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਸਿਟੀ ਹੋਮ ਨਿਊਜ਼ ਦੇਖ ਰਹੇ ਸਾਇਦ ਅਸ਼ਕਾ ਦਾ ਮੈਨ ਲਈ ਦੀ ਸਵਾਗਤ ਕਰਨੀ ਆ ਗੁਰਦੁਆਰਾ ਸਾਹਿਬ ਵਿੱਚ ਕਬਜ਼ੇ ਨੂੰ ਲੈ ਕੇ ਦੋ ਤਿਰ ਹੋਏ ਆਮੋ ਸਾਹਮਣੇ ਇੱਕ ਤਿਰ ਨੇ ਗੁਰਦੁਆਰਾ ਸਾਹਿਬ ਨੂੰ ਲਗਾਇਆ ਤਾਲਾ ਤਿੰਨ ਥਾਣਿਆਂ ਦੇ ਪੁਲਿਸ ਪਹੁੰਚੀ ਮੌਕੇ ਤੇ ਮਾਮਲਾ ਕਰਵਾਇਆ ਸ਼ਾਂਤ ਪਿੰਡ ਬਸਰਾਵਾਂ ਚ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਇੱਕ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਣ ਲਈ ਨਿਹੰਗ ਸਿੰਘ ਆਮੋ ਸਾਹਮਣੇ ਹੋ ਗਏ ਇਸ ਦੌਰਾਨ ਇੱਕ ਤਿਰ ਨੇ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਦਿੱਤਾ ਮੌਕੇ ਤੇ ਥਾਣਾ ਸ਼ਹਿਰ ਗੋਬਿੰਦਪੁਰ ਥਾਣਾ ਸੇਖਵਾ ਅਤੇ ਥਾਣਾ ਕਾਦੀਆਂ تین ਥਾਣਿਆਂ ਤੋਂ ਪੁਲਿਸ ਪਾਰੀ ਫੋਰਸ ਨਾਲ ਉੱਥੇ ਪਹੁੰਚੀ ਥਾਣਾ ਕਾਦੀਆ ਦੇ ਐਸਐਚਓ ਵੱਲੋਂ ਸਥਿਤੀ ਤੇ ਕਾਬੂ ਪਾਇਆ ਗਿਆ ਗੁਰਦੁਆਰਾ ਸ੍ਰੀ ਬਾਉੜੀ ਸਾਹਿਬ ਵਿੱਚ 20 ਤੋਂ 22 ਸਾਲਾਂ ਤੋਂ ਸੇਵਾ ਨਿਭਾ ਰਹੇ ਬਾਬਾ ਅਮਰੀਕ ਸਿੰਘ ਉੱਤੇ ਪਿੰਡ ਵਾਸੀਆਂ ਨੇ ਨਸ਼ਾ ਕਰਨ ਅਤੇ ਗੁੰਡਾਗਰਦੀ ਕਰਨ ਦੇ aarop ਲਗਾਉਂਦਿਆ ਪੁਲਿਸ ਨੂੰ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਅਤੇ ਗੁਰਦੁਆਰੇ ਵਿੱਚੋਂ ਕੱਢਣ ਅਤੇ ਤਰਨਾ ਦਲ ਦੇ ਮੁਖੀ ਬਾਬਾ ਰਣਜੀਤ ਸਿੰਘ ਨੂੰ ਇਸ ਦੀ ਜ਼ਿੰਮੇਵਾਰੀ ਸੌਂਪਣ ਦਾ ਮਤਾ ਪਾਸ ਕਰ ਦਿੱਤਾ ਗੱਲਬਾਤ ਕਰਦੇ ਆ ਬਾਬਾ ਅਮਰੀਕ ਸਿੰਘ ਨੇ ਕਿਹਾ ਕਿ ਉਹ 20 ਤੋਂ 22 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਆ ਰਹੇ ਹਨ ਹੁਣ ਪੰਚਾਇਤ ਅਤੇ ਤਰਨਾ ਦਲ ਵੱਲੋਂ ਤੱਕੇ ਨਾਲ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਨਸ਼ਾ ਅਤੇ ਗੁੰਡਾਗਰਦੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਦੂਜੇ ਪਾਸੇ ਸਰਪੰਚ ਬਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਬਾਬਾ ਅਮਰੀਕ ਸਿੰਘ ਨੂੰ ਅਸੀਂ ਗੁਰਦੁਆਰਾ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਸੀ ਲੇਕਿਨ ਇੱਥੇ ਨਸ਼ਾ ਤੇ ਗੁੰਡਾਗਰਦੀ ਚਲਾਈ ਜਾ ਰਹੀ ਹੈ ਜਦੋਂ ਅਸੀਂ ਇਸ ਨੂੰ ਸਮਝਾਇਆ ਤਾਂ ਇਸ ਨੇ ਸਾਨੂੰ ਵੀ ਚੰਗਾ ਮਾੜਾ ਬੋਲਿਆ ਜਿਸ ਕਰਕੇ ਇਸੇ ਪਿੰਡ ਵਾਸੀਆਂ ਨੇ ਮਤਾ ਪਾਸ ਕਰਕੇ ਇਹਨਾਂ ਨੂੰ ਗੁਰਦੁਆਰੇ ਵਿੱਚੋਂ ਕੱਢ ਕੇ ਗੁਰਦੁਆਰਾ ਸਾਹਿਬ ਦੀ ਜ਼ਿੰਮੇਵਾਰੀ ਬਾਬਾ ਰਣਜੀਤ ਸਿੰਘ ਨੂੰ ਸੌਂਪ ਦਿੱਤੀ ਉੱਥੇ ਹੀ ਤਰਨਾਦਲ ਦੇ ਮੁਖੀ ਬਾਬਾ ਰਣਜੀਤ ਸਿੰਘ ਨੇ ਕਿਹਾ ਕਿ ਸਾਨੂੰ ਪਹਿਲਾਂ ਵੀ ਅਮਰੀਕ ਸਿੰਘ ਦੀਆਂ ਬਹੁਤ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਸਾਨੂੰ ਪਿੰਡ ਵਾਸੀਆਂ ਨੇ ਮਤਾ ਪਾਕੇ ਲਿਖਤੀ ਸ਼ਿਕਾਇਤ ਦਿੱਤੀ ਹੈ ਹੁਣ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਹੈ ਉੱਥੇ ਕਾਦੀਆ ਦੇ ਐਸਐਚਓ ਸੁਖਰਾਜ ਸਿੰਘ ਨੇ ਕਿਹਾ ਕਿ ਉਹ ਮੌਕੇ ਤੇ ਪਹੁੰਚੇ ਸਨ ਅਤੇ ਦੋਨਾਂ 13 ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਾ ਦਿੱਤਾ ਅਤੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਮਾਮਲੇ ਵਿੱਚ ਉੱਚ ਅਧਿਕਾਰੀਆਂ ਦੀ ਸਲਾਹ ਤੋਂ ਬਾਅਦ ਦੋਹਾਂ 13 ਨੂੰ ਥਾਣੇ ਬੁਲਾਇਆ ਗਿਆ ਹੈ ਦੋਹਾਂ 13 ਦੀ ਗੱਲ ਸੁਣਨ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਗੁਰਦਾਸਪੁਰ ਤੋਂ ਲੱਪੇ ਸਿੰਘ ਦੀ ਰਿਪੋਰਟ ਸਿਟੀ ਹੋਮ ਨਿਊਜ਼